हाँ मेरी भैन है इधर, मेरी दूरिया रिश्तेदारियां ने जिवें सारे तो पहला सद्दा पत्र देने वाले बड़े बंदे सारे तो लेट ये नाले मेरी मासी है नाले मेरी जटानी है ਉਹਦੇ ਨੇ ਹੱਥ ਪੈਰ ਮਚਾ ਲਏ ਉਹਨੇ ਮੁੰਡੇ ਨੇ ਤੇ ਮੈਂ ਤੁਹਾਨੂੰ ਸਾਰਾ ਮਚਾ ਲਿਆ ਮਨਪ੍ਰੀਤ ਦੇ ਵਾਲ ਮੱਚ ਗਏ ਸੀ ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ ਤੇ ਅਵੇਅਰ ਕਰਨਾ ਚਾਹੁੰਦਾ ਵੀ ਬਾਈ ਬਣੇ ਇਹੋ ਜਿਹੀ ਚੌੜ ਨਾ ਹੀ ਕਰਿਆ ਕਰੋ ਸਾਨੂੰ ਤਾਂ ਅਸੀਂ ਰਾਤ ਚੌੜ ਚੌੜ ਦੇ ਵਿੱਚ ਇਹ ਕੰਮ ਕਰ ਬੈਠੇ ਕਿਉਂਕਿ ਹੱਥ ਪੈਰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਮੈਂ ਜਿੱਥੇ ਖੜੀ ਆ ਇਹ ਹੈਗਾ ਸਾਡੇ ਵੱਡੇ ਤਾਏ ਦਾ ਘਰ ਹੈ ਨਾ ਵੀ ਮੇਰੀ ਬੀਬੀ ਨੂੰ ਮਿਲਾਉਣੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਹੈਗੀ ਆ ਸਾਡੇ ਮੱਸਿਆ ਮੱਸਿਆ ਕੀ ਅੱਜ ਅੱਜ ਮੱਸਿਆ ਅਸੀਂ ਸਾਰੀਆਂ ਦਰਾਣੀਆਂ ਜਠਾਣੀਆਂ ਖੇਤ ਮੱਥਾ ਟੇਕਣ ਜਾਵਾਂਗੀਆਂ ਆਹ ਮੇਰੀ ਭੈਣ ਆ ਆਹ ਮੇਰੀ ਭੈਣ ਆ ਇਹਦੇ ਨਾਲ ਮੇਰੀਆਂ ਦੂਰੀਆਂ ਰਿਸ਼ਤੇਦਾਰੀਆਂ ਨੇ ਜਿਵੇਂ ਦਮਨ ਨਾਲ ਮੇਰੀਆਂ ਦੂਰੀਆਂ ਰਿਸ਼ਤੇਦਾਰੀਆਂ ਨੇ ਆਹ ਭੈਣ ਨਾਲ ਵੀ ਹੈ ਨਾ ਭੈਣੇ ਨਾਲੇ ਇਹ ਮੇਰੀ ਜਠਾਣੀ ਲੱਗਦੀ ਆ ਨਾਲੇ ਇਹ ਮੇਰੀ ਨਣਦ ਲੱਗਦੀ ਆ ਦੋ ਰਿਸ਼ਤੇਦਾਰੀਆਂ ਨੇ ਮੇਰੀਆਂ ਭੈਣ ਨਾਲ ਲੇਕਿਨ ਇਹ ਸਾਡੀ ਉੱਥੋਂ ਦੀ ਕੁੜੀ ਆ ਉਹਨਾਂ ਦੇ ਚਾਚੇ ਤਾਇਆਂ ਦੀ ਕੁੜੀ ਆ ਜਿੱਥੇ ਰਿੱਕੀ ਦੇ ਨਾਨਕੇ ਨੇ ਮੇਰੀ ਵੱਡੀ ਬੀਬੀ ਨੂੰ ਬੀਬੀ ਕਿਵੇਂ ਆ ठीक ठाक वधिया ठीक है दसो बी कि नंबर लोगे मेरी बीबी नू बड़ी प्यारी है बीबी खीर बनाउनी आ की बनाउने हो केक बना के हटियां ठीक है किथे जाना आपा हुन मैं खीर बनाउनी आ पुत्त बच्चा नू खवाउनी आ हां आज साडी दिवाली है भाई और कि मैं तुसी ठीक ठाक हो वधिया ठीक ठाक हेलो है मिल लो भाई मेरे पुत्त नू मिल लो तेरा नाम सहजू अजू यार सुत्ता पे पुत्त हाँ जी ठीक है बीबी ठीक है ठीक है ठीक है इन मिल लो भाई ये साड़ी क्यूट जी अवनीत आ किड्डी जी हुंदी सी बड़ी होगी किड्डी देख लो सब्सक्राइब करें लो भी मेरे डोर तो सी देख ही सकते हो क्योंकि असी सारे ने मत्था टेकन जाना होंगे तो सारिया भैन सूट पा के जानिया हो गई तार कड ले हुण मम्मी पाउन लगी आ दुध देख असी भी बना ली बीबी ने भी बना ली पड़ाओ कड़बी लेके जानी है चल बस कच्ची लस्सी बनाई है ना लो चलो जी आ जाओ लो भाई आ देखो आप बना ली देग हम आप जाने खेत सारे तो पहला सद्दा पत्र देने वाले बड़े बंदे सारे तो लेट गलत गल है मासी नहीं नाले मेरी मासी आ नाले मेरी जटानी नाले दूरिया रिश्तेदार असी हो गए भाई चार दराणियां जटानियां मम्मी मेरी सस किसी की भूआ लगती है किसी की भैन लगती है किसी की सस लगती है ना Thank you.
ਸੂਟ ਪਾ ਕੇ ਕਿ ਇਹ ਉਹ ਕੱਢ ਕੇ ਆਈ ਸੀ ਜੀ ਇਹਨਾਂ ਦੇ ਨੂੰ ਮਿੱਟੀ ਯਾਰ ਦੇ ਵੀ ਅੱਜ ਅਸੀਂ ਬੂਟ ਬਾਟ ਕਸਤੇ ਪੂਰਾ ਇਹਨਾਂ ਨੂੰ ਓਕੇ ਕਰਤਾ ਉਹ ਵੀ ਅਤੇ ਦਿਖਾਉਣੇ ਤੁਹਾਨੂੰ ਉਹ ਵੀ ਆਉਂਦਾ ਹੋਊਗਾ ਅਤੇ ਚਲੋ ਆਪਾਂ ਚੱਲਦੇ ਹਾਂ ਬੁਟੀਕ 'ਚ ਆਪਾਂ ਕੱਲ੍ਹ ਦੀ ਛੁੱਟੀ ਕਰਤੀ ਸੀ ਬੁਟੀਕ 'ਤੇ ਅਤੇ ਅੱਜ ਮੈਨੂੰ ਲੱਗਦਾ ਹੈਗਾ ਵਿਸ਼ਵਕਰਮਾ ਲਈ ਅਤੇ ਦੀਵਾਲੀ ਵੀ ਅੱਜ ਮਨਾ ਰਹੇ ਹਾਂ ਅਸੀਂ ਸਾਡੇ ਪਿੰਡ ਤੋਂ ਮੋਸਟਲੀ ਅੱਧੇ ਤੋਂ ਵੱਧ ਪਿੰਡ ਅੱਜ ਹੀ ਮਨਾ ਰਿਹਾ ਦੀਵਾਲੀ ਅਤੇ ਐਤਕੀ ਦੀਵਾਲੀ ਦਾ ਰਮਾ ਮਰਮਾ ਕੰਮ ਬੜਾ ਰਿਹਾ ਹੈ ਨਾ ਕਿਸੇ ਨੇ ਇੱਕ ਦਿਨ ਪਹਿਲਾਂ ਮਨਾਈ ਆ ਕਿਸੇ ਨੇ ਇੱਕ ਦਿਨ ਬਾਅਦ 'ਚ ਮਨਾਈ ਹੈ ਫਿਰ ਬਾਕੀ ਜਾ ਕੇ ਗੱਲਬਾਤ ਕਰਦੇ ਹਾਂ ਅਤੇ ਸਾਨੂੰ ਬੁਟੀਕ 'ਤੇ ਜਾ ਕੇ ਮਿਲਦੇ ਹਾਂ ਬਹੁਤ ਸੋਹਣੀ ਬਣਾਈ ਹੈ ਰੰਗੋਲੀ ਹੈਪੀ ਦੀਵਾਲੀ ਇਹ ਕੰਮ ਔਖਾ ਅਤੇ ਇਹਨਾਂ ਨੇ ਰੰਗੋਲੀ ਵੀ ਬਣਾਈ ਹੋਈ ਸੀਗੀ ਬਾਲੀ ਸੋਹਣੀ ਫਿਰ ਮੈਂ ਹੈਪੀ ਦੀਵਾਲੀ ਕਿਹਾ ਜੀ ਇਹਨਾਂ ਨੂੰ ਕੱਢ ਦਿੰਦੀ ਹਾਂ 1260 ਦੀ ਆਈ ਆ ਲੋ ਆਹ ਪੈਕਿੰਗ ਲਾਈਟ ਆਪਣੀ ਵਾਧੂ ਆਈ ਆ ਦਿਨੀ ਦੀਵਾਲੀ ਮਨਾਈ ਜਾਂਦੇ ਆ ਹਜੇ ਮੈਂ ਨਵਾਂ ਸੂਟ ਪਾਉਣਾ ਗਾ ਗਾਈਸ ਫਾਈਨਲ ਲੁੱਕ ਦਿਖਾਵਾਂਗੇ ਤੇ ਗਿਫਟ ਕਿਵੇਂ ਲੱਗੇ ਸਾਰਿਆਂ ਨੂੰ ਤੁਹਾਨੂੰ ਜ਼ਰੂਰ ਦੱਸਿਓ ਹਨਾ ਜਿਹੜੇ ਗਿਫਟ ਕਿਵੇਂ ਲੱਗੇ ਬਾਈ ਤੁਹਾਨੂੰ ਚਾਹ ਪੀ ਲਓ ਗਾਈਸ ਆ ਸਾਡੀਆਂ ਜੂਜੂ ਨੇ ਖਰਾਬ ਕਰੀਆਂ ਨੇ ਆ ਹਾਂ ਚੱਲ ਕੋਈ ਨਹੀਂ ਵੀ ਆਪਾਂ ਮਸ਼ੀਨਾਂ ਅੱਜ ਬੰਦ ਕਰਤੀਆਂ ਆ ਸਕੂਟੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਸੀ ਜੇ ਕੋਈ ਸਾਨੂੰ 10 ਸੂਟ ਖਰੀਦਦਾ ਉਹਦਾ 1 ਕੂਪਨ ਪਾਵਾਂਗੇ ਉਹਨਾਂ ਸਕੂਟੀ ਫ੍ਰੀ ਪਸ਼ਮੀਨੇ ਦੀ ਕਲੈਕਸ਼ਨ ਵੀ ਹੋ ਗਈ ਆਪਣੇ ਕੋਲ ਰੈਡੀ ਆ ਬਹੁਤ ਸੋਹਣਾ ਸੂਟ ਰੈਡੀ ਕੀਤਾ ਗਾ ਆਪਾਂ ਸੇਮ ਵਰਕ ਘੇਰੇ 'ਤੇ ਆ ਚਾਕਾਂ 'ਤੇ ਆ ਬਾਹਾਂ 'ਤੇ ਆ ਠੀਕ ਹੈ ਅਤੇ ਬਾਈ ਤੁਸੀਂ ਦੇਖ ਸਕਦੇ ਹੋ ਗਲੇ 'ਤੇ ਆ ਬਹੁਤ ਸੋਹਣਾ ਵਰਕ ਆ ਕੁੜਤੇ ਉਹ ਕੀਤੇ ਆਪਾਂ ਆਹ ਇਹਦੇ ਨਾਲ ਆ ਗਈ ਸਟਰੇਟ ਬੋਟਮ ਅਤੇ ਆਹ ਵਾਲਾ ਹੈਗਾ ਇਹਦੇ ਨਾਲ ਦੁਪੱਟਾ ਠੀਕ ਆ ਬਹੁਤ ਹੀ ਜ਼ਿਆਦਾ ਸੋਹਣਾ ਕੰਟਰਾਸਟ ਬਣਿਆ ਕਿਸੇ ਨੇ ਵੀ ਪਸ਼ਮੀਨੇ ਦੇ ਵਿੱਚ ਤੁਹਾਨੂੰ ਸੂਟ ਚਾਹੀਦੇ ਆ ਬਾਈ ਹੁਣ ਤਾਂ ਪਸ਼ਮੀਨਾ ਕਲੈਕਸ਼ਨ ਆਪਣੇ ਕੋਲ ਰੈਡੀ ਆ ਖਰੀਦ ਸਕਦੇ ਹੋ ਠੀਕ ਆਪਣੇ ਕੋਲ ਪਸ਼ਮੀਨੇ ਦੀ ਕਲੈਕਸ਼ਨ ਆ ਸੀ ਰਸਟ ਕਲਰ ਹੈ ਠੀਕ ਆ ਇਹ ਵੀ ਤੁਹਾਨੂੰ ਮਿਲ ਜੂ ਨਾਲ ਆਪਾਂ ਬੋਟਮ ਆ ਠੀਕ ਆ ਲਾਸਟਿਕ ਪਾ ਕੇ ਤਿਆਰ ਕੀਤੀ ਆ ਅਤੇ ਇਹਦੇ ਵਰਕ ਆ ਗਲੇ 'ਤੇ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਅਤੇ ਬਾਹਾਂ 'ਤੇ ਅਤੇ ਆਪਾਂ ਚਾਕਾਂ 'ਤੇ ਇਹ ਪਾਈਪਿੰਗ ਕੱਢੀ ਆ ਠੀਕ ਆ ਅਤੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਪਸ਼ਮੀਨੇ ਦੀ ਕਲੈਕਸ਼ਨ ਆ ਜਿਹੜੀ ਆਪਣੀ ਨਿਊ ਰੈਡੀ ਹੋਈ ਆ ਜੇ ਕਿਸੇ ਨੂੰ ਵੀ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਆਪਾਂ ਹੁਣ ਚੱਲੇ ਹੰਡਿਆਏ ਚੌਂਕ 'ਚ ਮੰਮੀ ਨੂੰ ਲੈਣ ਦੇਖਣ ਵਾਲੀ ਨੂੰ ਕਿਉਂਕਿ ਮਨਪ੍ਰੀਤ ਦਾ ਸੰਧਾਰਾ ਆ ਗਿਆ ਤਾਂ ਮੰਮੀ ਹੋਰਾਂ ਨੇ ਸੰਧਾਰਾ ਪਹਿਲਾਂ ਦੇ ਕੇ ਆਉਣਾ ਮੇਰੀ ਮਾਮੀ ਨੂੰ ਜਾਣੀ ਕਿ ਮਨਪ੍ਰੀਤ ਦੀ ਭੂਆ ਨੂੰ ਮੇਰੇ ਨਾਨਕੀ ਉਦੋਂ ਬਾਅਦ ਆਪਾਂ ਮੰਮੀ ਨੂੰ ਲਿਆਵਾਂਗੇ ਇੱਥੇ ਬੁਟੀਕ 'ਤੇ ਕਿਉਂਕਿ ਅੱਜ ਸਾਨੂੰ ਬੁਟੀਕ ਦੇ ਬਾਅਦ ਜ਼ਰੂਰੀ ਕੰਮ ਸੀ ਪਹਿਲਾਂ ਸਾਨੂੰ ਐਂ ਸੀ ਵੀ ਚੱਲ ਘਰੇ ਮੰਮੀ ਟਾਈਮ ਨਾਲ ਆ ਜਾਣਗੇ ਤਾਂ ਫਿਰ ਮੰਮੀ ਜਿਹੜੀ ਮੈਂ ਥੋੜ੍ਹਾ ਲੇਟ ਹੋ ਜੂੰ ਫਿਰ ਅਸੀਂ ਕਿਹਾ ਚੱਲ ਮੰਮੀ ਤੁਸੀਂ ਸਾਡੇ ਕੋਲ ਬੁਟੀਕ 'ਤੇ ਆ ਜੀ ਕੇਰਾ ਵੀ ਉੱਥੋਂ ਉਦੋਂ ਬਾਅਦ ਪਿੰਡ ਚੱਲ ਵੜਾਂਗੇ ਹੈ ਨਾ ਤਾਂ ਹੁਣ ਫਿਰ ਕੇਰਾ ਆਪਾਂ ਮੰਮੀ ਨੂੰ ਬਿਠਾ ਲਈ ਹੈ ਨਹੀਂ ਪਤਾ ਉੱਥੇ ਖੜ੍ਹੇ ਸਾਨੂੰ ਡੀਕੀ ਜਾਂਦੇ ਹੁਣ ਕਿਉਂਕਿ ਉਹ ਫੋਨ ਨਹੀਂ ਲੈ ਕੇ ਆਏ ਉਹਨਾਂ ਕੋਲ ਫੋਨ ਨਹੀਂ ਹੈਗਾ ਅਤੇ ਉਹਨਾਂ ਨੇ ਬਸ ਸਾਨੂੰ ਟਾਈਮ ਹੀ ਦੱਸਿਆ ਸੀ ਵੀ 1 ਕੁ ਵਜੇ ਮੈਂ ਆ ਜੂੰਗੀ ਮੈਨੂੰ ਲੈ ਜਾਓ ਚਲੋ ਆਪਾਂ ਮਿਲਦੇ ਹਾਂ ਤਾਂ ਹੁਣ ਆਪਾਂ ਹੋਣ ਲੱਗਿਆ ਰੈਡੀ ਕਿਉਂਕਿ ਦੀਵਾਲੀ ਕਰਕੇ ਇਹਨਾਂ ਨੇ ਤਾਂ ਨਵਾਂ ਸੂਟ ਪਾਇਆ ਵੀਰਪਾਲ ਨੇ ਵੀ ਤਾਂ ਮੈਂ ਵੀ ਪਹੁੰਚ ਜਾ ਰਹੀ ਹਾਂ ਕਹਿੰਦੇ ਦੀਦੀ ਵੀ ਤੁਸੀਂ ਵੀ ਰੈਡੀ ਹੋ ਜਾਓ ਮੇਕਅਪ ਵਗੈਰਾ ਕਰ ਲਓ ਅਤੇ ਅੱਜ ਅਸੀਂ ਵੀਡੀਓਜ਼ ਵੀ ਬਣਾਉਣੀਆਂ ਨੇ ਅਤੇ ਤੁਹਾਡੇ ਨਾਲ ਮੈਂ ਉਹ ਸੂਟ ਵੀ ਸ਼ੇਅਰ ਕਰਨਾ ਮੇਰਾ ਨਿਊ ਸੂਟ ਬਣਾਇਆ ਗਾ ਮੈਂ ਤਾਂ ਜੋ ਹੁਣ ਤਾਂ ਕਿਉਂਕਿ ਆਪਣਾ ਲੈਣ ਦਾ ਟਾਈਮ ਆ ਹੈ ਨਾ ਸੀਜ਼ਨ ਫਿਰ ਜਦੋਂ ਵਿਆਹ ਸ਼ਾਦੀਆਂ ਲੰਘ ਗਈਆਂ ਫਿਰ ਕੋਈ ਫਾਇਦਾ ਨਹੀਂ ਹੈਗਾ ਤਾਂ ਹੁਣ ਨੇ ਆਪਾਂ ਰੈਡੀ ਫਿਰ ਡਿੱਖਾਂ ਵਾਲੀ ਮੰਮੀ ਸੰਧਾਰਾ ਲੈ ਕੇ ਆਈ ਆ ਉਹਨੂੰ ਵੀ ਮਿਲ ਲਾਂਗਾ ਹਾਂਜੀ ਲਓ ਜੀ ਹੁਣ ਆਪਾਂ ਦੀਵਾਲੀ ਜਿਹੜਾ ਹੈਗਾ ਮੇਕਅਪ ਉਹ ਸਟਾਰਟ ਕਰਨ ਲੱਗੇ ਹਾਂ ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਫੇਸ ਨੂੰ ਚੰਗੀ ਤਰੀਕੇ ਨਾਲ ਕਲੀਨ ਕਰ ਲਾਂਗੇ ਠੀਕ ਹੈ ਕਲੀਨ ਕਾਹਦੇ ਨਾਲ ਕਰਾਂਗੇ ਵਾਈਪਸ ਨਾਲ ਜੋ ਵੀ ਤੁਸੀਂ ਵਾਈਪਸ ਵਗੈਰਾ ਯੂਜ਼ ਕਰਦੇ ਹੋ ਉਹਦੇ ਨਾਲ ਆਪਾਂ ਫੇਸ ਨੂੰ ਚੰਗੇ ਤਰੀਕੇ ਨਾਲ ਕਲੀਨ ਕਰ ਲਾਂਗੇ ਜਿਵੇਂ ਮੇਰੇ ਥੋੜ੍ਹਾ ਜਿਹਾ ਕੁਛ ਲੱਗਿਆ ਸੀਗਾ ਫੇਸ 'ਤੇ ਸਵੇਰੇ ਮੈਂ ਲਾਈ ਸੀਗੀ ਕਰੀਮ ਠੀਕ ਆ ਉਹਦੇ ਕਰਕੇ ਮੈਂ ਵਾਈਪਸ ਯੂਜ਼ ਕਰ ਰਹੀ ਹਾਂ ਨਹੀਂ ਜੇ ਮੈਂ ਘਰ ਹੁੰਦੀ ਤਾਂ ਮੈਂ ਫੇਸ ਵਾਸ਼ ਹੀ ਕਰ ਲੈਣਾ ਸੀ ਤਾਂ ਤੁਸੀਂ ਵੀ ਜੇ ਘਰ ਹੋ ਤਾਂ ਫੇਸ ਵਾਸ਼ ਕਰ ਲਓ ਠੀਕ ਆ ਨਹੀਂ ਤਾਂ ਜੇ ਹਲਕੀ ਜਿਹੀ ਕੋਈ ਚੀਜ਼ ਲੱਗੀ ਹੈ ਤਾਂ ਤੁਸੀਂ ਵਾਈਪਸ ਯੂਜ਼ ਕਰ ਸਕਦੇ ਹੋ ਲਓ ਜੀ ਫੇਸ ਨੂੰ ਆਪਾਂ ਕਰ ਲਿਆ ਚੰਗੇ ਤਰੀਕੇ ਨਾਲ ਕਲੀਨ ਠੀਕ ਹੈ ਜੀ
हूँ आप फेस से यूज़ करना गा मॉइस्चराइजर, थोड़ा जहा मॉइस्चराइजर यूज़ करा बिकॉज मौसम चेंज हो गया, स्किन ड्राई होने लग गई। मॉइस्चराइजर है जोड़ा मैं यूज़ कर रही हूँ ईकलैट का, ठीक है, ये तुम बाय कर सकते हो रूबी सैनी जी तो, मैं उन्होंने को ही बाय किया चंगे तरीके जोड़ा आप फेस से मॉइस्चराइजर वो लगा लेना। दैन इस तो बाद आप यूज़ करा जी सीरम की लोड़ नहीं बिकॉज स्किन है जी वैसे मॉइस्चराइजर नाल ही पूरी घेंट होगी। वैसे मेरा सीरम खत्म भी होया होगा तो आप हूँ सीरम नहीं यूज़ करा, हम आप यूज़ करा प्राइमर। ये प्राइमर मैं नवा मंगवाया सीगा, ठीक है, जिदे जोड़ा है रियल मेकअप बेस हाईलाइटिंग प्राइमर आ, ये थोड़ा जहा हाईलाइटर आ जोड़ा वो मिक्स किया होगा तो शाइन बहुत दिता फेस से, करके आप थोड़ा जा ये वाला अज यूज़ करके देखते हैं भी ये की रिजल्ट की रिव्यू आ, नवा मंगवाया से मैं स्विस ब्यूटी का, बाकी देखते हैं। वाओ शाइन मतलब फेस से ग्लो देखो तुम कले प्राइमर नाल ही शाइन देखो तुम फेस से कितनी ज़्यादा वधिया शाइन आई है, जिदे नाइट के मेकअप करना हो कितना जबरदस्त हो। हाँ जी हूँ आप यूज़ करना गा, ठीक है, ब्लेंडर, ब्लेंडर में पहले आप थोड़ा जा पानी के ठीक है डिप करके इनू थोड़ा जा नॉर्मल भिओं लाँगे। लो जी हूँ बारी आ गई फाउंडेशन की, फाउंडेशन ये वो आ जिहड़ा मैं तुहानू दस्सिया सीगा भी बहुत ही ज़्यादा वधिया फाउंडेशन मैं लैके आई हाँ नार्स का, ठीक है, पंजाब शेड हैगा इहदा, ठीक है, पंजाब नार्स का फाउंडेशन। आप अज मेकअप ट्राई कर रहे हैं, ये मैं तुम्हें दसिया नहीं मेकअप का ट्यूटोरियल क्योंकि मैं नवा ऐड किया फाउंडेशन, फस्ट टाइम ये फाउंडेशन मैं यूज़ कर रही हूँ, देखते हैं आप कि वधिया गा दूसरे फाउंडेशन के कंपैरिजन, क्योंकि हुण तक जिहड़ा हैगा मैं मेबलीन का फिटमी वाला ही यूज़ किया, फस्ट टाइम मैं नार्स का यूज़ कर लगी हाँ तो तुम्हें डिफरेंस पता लग जूगा मेकअप के, जुड़े रहो। लो जी हम आप फाउंडेशन लगा लेना गा, फाउंडेशन आप फेस के उपर लगा लिया, ठीक है, तो हूँ आप चंगे तरीके ब्लेंड कर लेना। हाँ जी बई तो फाउंडेशन जिहड़ा आप यूज़ कर लिया तुसी देख सकते हो, ओ माई गॉड इन्ना सोहना तो कदे भी नहीं किसी भी फाउंडेशन का रिजल्ट आया जिन्ना, मतलब विदाउट एनी कंसीलर इन्हें सारिया प्रॉब्लम जिहड़ियां फेस दियां हुंदियां ने उन्हूं कवर कर लिया, फाउंडेशन आप यूज़ कर लिया। हुण नैक्सट वारी आ गई आप यूज़ करना गा ब्लशर, ये भी मैं न्यू पैलेट लैके आई हाँ फॉर एवर 52 बेस्ट आए पीच कलर का ब्लश नाल इन्होंने कॉर्नर के जड़ा दिता गा हाईलाइटर ते कंटूर। स्प्रे भी मैं नवी लैके आई हाँ, ये हैगी मैक दी, ठीक है, बेस्ट स्प्रे आलमोस्ट सैलून के यही यूज़ की जाती है, हम आप फिक्सर आ जोड़ा वो यूज़ करा। मेकअप हो गया डन, तुसी देख सकते हो बहुत ज़्यादा सोहना मेकअप होगा, ठीक है, तो मैं तुम्हें दसता से सारे, बाकी सूट पाया आप जहाँ हैंडवर्क का, ठीक है, ये प्योर ऑर्गेंजा का दुपट्टा गा नाल ये, तो ये बैक पर ही वर्क है सारे, तो मैं गुत की बड़ी सोहनी, जे किसी चाहिए होया हेयर स्टाइल देखो पा के गोल्डन कलर का। लो भी मम्मी आए आ, मम्मी दे जांदी है नाप आपके सूट का, संधारा लेके आई सी मेरे वास्ते, देख ला आउंदी नाप देन लग गई, देख ला वीरपाल तू तो मेरा सूट सिउ के नहीं दिंदी, देख ला रिक्की आके तू मेरा सूट नहीं सिउ के दिंदी, वाओ हां पश्मीने सूट देखो नवे। लो भी मम्मी नु आपा बस स्टैंड छड़ता, मम्मी उथों बस चढ़ जाणगे, ठीक है, ते नाल अपने हैगा रंताज सिविया, रंताज सिविया नाल ये खान पीन वाला सामान भी चक्की फिरदा है, पार्टी करूगा आपां नु सारेयां नु, ए हैना ओए हाँ चलो ठीक है चलिए हम फिर बुटीक दे, तू गड्डी दे विच इत्थे क्यों बैठा होना की वजह है? हाँ तो एसी की हवा लेना होना है, एसी की हवा भी लेना होना, बड़ा भैड़ा बंदा होगा ना अगे झकदा है, चल हूँ जुजार खुश हो जाओ ना तेन देख के है ना, मेरा वीरा आ गया चल चल जुजार ऊपर है जी यार तेरे हुआ गलत है डैडी ऊपर देख भज्जा तो लावे हेलो तो कर ला फिर खुश हो गए देख के कौन आ गया हीरा आ गया मुमताज हीरा आ गया
बड़ा खुश होंगे उन्हें देख के। कर ले जाओ भीरे को ले। हाँ जी भाई हुण आपां बुटीक तो करती छुट्टी क्योंकि अज अपनी दिवाली आ गुरुद्वारा साहब मत्था भी टेकना दो तीन काम करने बहुत काम ने देखते हैं पहला तो जाके शूट करते हैं वीडियो शूट करते हैं की बनता फिर देखते हैं ਕਾਫੀ ਸ਼ੋਪੀ ਸੀ ਪੀ ਲੀਆਂ ਤੇ ਹੁਣ ਆਪਾਂ ਗੁੰਤਾਜ ਕਹਿੰਦਾ ਵੀ ਪੀਜ਼ਾ ਖਾ ਕੇ ਆਉਣਾ ਹਨਾ ਗੁੰਤਾਜ ਅੱਜ ਹੈ ਕਿ ਹੈਪੀ ਦੀਵਾਲੀ ਬਈ ਤੇ ਅਸੀਂ ਰੈਡੀ ਹੋਏ ਆ ਦੱਸੋ ਅਸੀਂ ਕਿੱਦਾਂ ਦੇ ਲੱਗ ਰਹੇ ਆ ਬਾਕੀ ਅਸੀਂ ਤਿੰਨੇ ਜਣੇ ਚਾਰੇ ਜਣੇ ਖੜ ਕੇ ਵੀ ਦਿਖਾਵਾਂਗੇ ਤੁਹਾਨੂੰ ਫੁੱਲ ਲੁੱਕ ਦਿਖਾਵਾਂਗੇ ਉਹਦੇ ਵਾਸਤੇ ਅਸੀਂ ਬੰਦਾ ਲੱਭ ਰਹੇ ਆ ਜੇ ਸਾਨੂੰ ਮਿਲ ਜੇ ਉਹ ਸ਼ਾਇਦ ਸਾਨੂੰ ਕੈਨੇਡੀਅਨ ਪੀਜ਼ਾ ਹੀ ਮਿਲੇ ਤੇ ਹਾਂਜੀ ਕੈਨੇਡੀਅਨ ਪੀਜ਼ਾ ਬੈਸਟ ਪੀਜ਼ਾ ਮਿਲਦਾ ਉੱਥੋਂ ਬਈ ਜੇ ਤੁਸੀਂ ਹੰਡਿਆਏ ਆਉਣੇ ਹੋ ਆਊਟਲੈਟ ਤੋਂ ਆਊਟਲੈਟ ਆਉਣੇ ਹੋ ਹੰਡਿਆਏ ਤਾਂ ਉੱਥੋਂ ਦਾ ਪੀਜ਼ਾ ਟਰਾਈ ਕਰ ਸਕਦੇ ਪੰਜਾਬੀ ਟੇਸਟ ਪੰਜਾਬੀ ਟੇਸਟ ਸਿਰਾ ਦੇਖੋ ਬਈ ਆ ਪਹੁੰਚ ਗਏ ਆਪਾਂ ਦਾਣਾ ਮੰਡੀ ਬਰਨਾਲੇ ਦੀ ਠੀਕ ਆ ਕੀ ਬਾਤ ਆ ਇੱਥੇ ਤਾਂ ਕਹਿੰਦੇ ਪਟਾਕੇ ਹੀ ਪਟਾਕੇ ਹੋਲਸੇਲ ਤੇ ਖਰੀਦੋ ਸੁੱਖੀ ਵਿੱਕੀ ਹੋਲਸੇਲ ਤੇ ਪਟਾਕੇ ਇੱਧਰ ਵੀ ਹੋਲਸੇਲ ਲਿਖਿਆ ਹੋਇਆ ਐ ਦੇਖ ਲਓ ਪਟਾਕੇ ਤੇ ਪਟਾਕਾ ਹੋ ਜੇ ਅੱਜ ਫਿਰ ਵੀ ਦੱਸਾਂ ਗੱਡੀ ਭਰ ਕੇ ਲੈ ਕੇ ਜਾਵਾਂਗੇ ਅੱਜ ਦੱਸ ਤੇ ਫਿਰ ਵੀ ਕੀ ਫੋਨ ਕਰ ਲਿਓ ਮੈਨੂੰ ਗੱਡੀ ਬੰਦ ਹੀ ਕਰ ਦੋ ਨਾ ਗੱਡੀ ਬੰਦ ਕਰ ਦੋ ਏਸੀ ਛੱਡ ਦੋ ਇੱਕ ਤੇ ਤੇ ਦੇਖੋ ਬਈ ਇੱਧਰ ਇਹ ਵੀ ਆਏ ਨੇ ਪਟਾਕੇ ਲੈਣ ਦੇਖੋ ਕੀ ਬਾਤ ਹੈ ਰੌਣਕੀ ਰੌਣਕਾਂ ਲੱਗੀਆਂ ਪਈਆਂ ਨੇ ਲੈ ਆਓ ਜਾਓ ਭਾਜੋ ਪਟਾਕੇ ਲੈ ਆਏ ਅਸੀਂ ਹਨਾ ਵੀ ਕਾਫੀ ਸਾਰੇ ਜਿਹੜਾ ਸਕਾਈ ਸ਼ਾਟ ਉਹਨੂੰ ਗੁੰਤਾਜ ਅੱਗ ਲਾਓ ਸਕਾਈ ਸ਼ਾਟ ਨੂੰ ਆਪਾਂ ਗੁੰਤਾਜ ਤੋਂ ਅੱਗ ਲਵਾਵਾਂਗੇ ਠੀਕ ਆ ਦੇਖੀ ਚੱਲੋ ਅੱਜ ਬੰਦ ਆ ਗਈ ਆ ਫਿਰ ਹਾਂ ਇਹ ਜਿਹੜੇ ਦੰਦ ਜੀ ਐ ਕਰ ਰਿਹਾ ਹੈਗਾ ਠੀਕ ਆ ਕਿਉਂਕਿ ਆਪਾਂ ਯੈਸਟ ਯਰ ਸਾਡੇ ਜਵਾਕ ਨੂੰ ਸ਼ੌਂਕ ਆ ਬਸ ਇਹਦੇ ਲਈ ਹੋਈ ਆ ਸਭ ਕੁਝ ਸਾਡਾ ਦਾ ਹਾਂ ਥੋੜਾ ਜਿਹਾ ਵੱਡਾ ਹੋ ਜੂਗਾ ਫਿਰ ਦੋਨੇ ਰਲ ਕੇ ਚਲਾਉਣ ਲੱਗ ਜਾਣਗੇ ਮਰਜ਼ੀ ਨਾਲ ਲਿਆਇਆ ਕਰਨਗੇ ਤੇ ਫਿਰ ਦੋਨੇ ਕਿਆ ਕਰਨਗੇ ਉਹ ਕਹਿੰਦੇ ਚਾਚੂ ਮੈਂ ਆ ਲੈਣਾ ਕਿ ਪਾਪੂ ਮੈਂ ਆ ਲੈਣਾ ਹੁਣ ਇਹ ਕੱਲਾ ਚਲਾਉਣ ਲੱਗਾ ਮੈਨੂੰ ਕੋਈ ਕਹਿੰਦਾ ਚਾਹ ਪੀ ਕੇ ਬਰਸ਼ ਏਦਾਂ ਕੀਤਾ ਇਹ ਵੀ ਬਈ ਲੌਜਿਕ ਆ ਕਿਉਂਕਿ ਮੈਨੂੰ ਚਾਹ ਸੁੱਤੀ ਉੱਠਦੀ ਨਹੀਂ ਚਾਹੀਦੀ ਮਤਲਬ ਮੈਂ ਚਾਹ ਪੀਣ ਤੋਂ ਪਹਿਲਾਂ ਬਰਸ਼ ਨਹੀਂ ਕਰ ਸਕਦੀ ਚਾਹ ਪੀ ਕੀ ਕਰ ਸਕਦੀ ਹਾਂ ਕੋਈ ਕਈ ਵਾਰ ਕੋਈ ਬੰਦਾ ਹੁੰਦਾ ਗਾ ਇੱਦਾਂ ਹੀ ਹੁੰਦਾ ਗਾ ਹਾਂ ਇਹ ਚੀਜ਼ ਹੁੰਦੀ ਆ ਹਾਂ ਮੂੰਹ ਧੋ ਕੇ ਚਾਹ ਪੀ ਕੇ ਮੈਂ ਫਿਰ ਬਰਸ਼ ਕਰਦੀ ਹਾਂ ਤੇਜ਼ਾਬ ਨਹੀਂ ਬਣਦਾ ਡਾਕਟਰ ਕਹਿੰਦੇ ਆ ਤੇਜ਼ਾਬ ਨਹੀਂ ਬਣਦਾ ਕਹਿੰਦੀ ਬਿਨਾਂ ਬਰਸ਼ ਤੋਂ ਪੀਣੀ ਚਾਹੀਦੀ ਹੈ ਚਾਹ ਫਿਰ ਕੀ ਆਈ ਨਹੀਂ ਪਤਾ ਕੋਈ ਡਾਕਟਰੀ ਮੈਸੇਜ ਕਰਦੇ ਤੁਸੀਂ ਬਾਹਲੇ ਵੱਡੇ ਡਾਕਟਰ ਨਾ ਬਣਿਆ ਕਰ ਤੇ ਹਾਂ ਬਈ ਦੱਸਿਓ ਅੱਜ ਸਾਡੀ ਲੁੱਕ ਨੂੰ ਦੱਸਿਓ ਕਿੰਨੇ ਨੰਬਰ ਦੋਗੇ ਕਾਲਾ ਕੁੜਤਾ ਪਜਾਮਾ ਉੱਤੇ ਲੋਈ ਬੱਲੀ ਹੈ ਨਹੀਂ ਹੈ ਨਹੀਂ ਮੁੰਡੇ ਵਿੱਚ ਕਮੀ ਪੇਸ਼ੀ ਕੋਈ ਵੀ ਮੁੰਡੇ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਕਾਲੇ ਕੁੜਤੇ ਪਜਾਮੇ ਨਾਲ ਲੋਈ ਵੀ ਨਹੀਂ ਹੈਗੀ ਤੇ ਹੁਣ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਜਾਵਾਂਗੇ ਨਾ ਪਾਉਣ ਹਾਂ ਗੁਰਦੁਆਰਾ ਅੜੀਸਰ ਸਾਹਿਬ ਹਾਂ ਸਿੱਧੀ ਨੰਗ ਚੱਲਦੇ ਸਹੀ ਆ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਘਰੇ ਹਨਾ ਲਾਵਾਂਗੇ ਦੀਵੇ ਵਗੈਰਾ ਜਾ ਕੇ ਫਿਰ ਜੁਝਾਰ ਗੁੰਤਾਜ ਤੇ ਜੁਝਾਰ ਦੇ ਪਟਾਕੇ ਚਲਾਵਾਂਗੇ ਮੱਥਾ ਟੇਕ ਆਏ ਆਪਾਂ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਵੀ ਕਰਵਾ ਤੇ ਠੀਕ ਹੈ ਤੇ ਹੁਣ ਆਪਾਂ ਚੱਲੇ ਆ ਤੁਹਾਨੂੰ ਪਤਾ ਹੀ ਆ ਵੀ ਆਪਣੀ ਗੁੜੀਆ ਬਾਹਰੋਂ ਆਈ ਹੋਈ ਆ ਫਰੀ ਨਾ ਵੱਡੇ ਮਾਮਾ ਜੀ ਕੇ ਤੇ ਡੋਲ ਹੈ ਯਾਰ ਉਹ ਗੁੜੀਆ ਕੀ ਤੇ ਹੁਣੇ ਚਲਾਉਣੇ ਨੇ ਪਟਾਕੇ ਤਾਂ ਇਹਨਾਂ ਨੂੰ ਦੋਨਾਂ ਨੂੰ ਉਹਦੇ ਭਰਾਵਾਂ ਨੂੰ ਉਹਨਾਂ ਦੇ ਕੋਲ ਲੈ ਕੇ ਜਾਂਦੇ ਆ ਪਟਾਕੇ ਚਲਾਉਣ ਵਾਸਤੇ ਫਿਰ ਜਾਵਾਂਗੇ ਘਰੇ ਕੀ ਰਿੱਕੀ ਗਏ ਬੁਟੀਕ ਵਾਸਤੇ ਦੀਵੇ ਲੈਣ ਭੁੱਲ ਗਏ ਸੀਗੇ ਆਪਾਂ ਤਾਂ ਪਰ ਲਾਉਣੇ ਜ਼ਰੂਰੀ ਆ ਉਹ ਦੁਕਾਨ ਤੇ ਗਏ ਨੇ ਦੀਵੇ ਲੈਣ ਫਿਰ ਆਉਣਗੇ ਫਿਰ ਲਾ ਕੇ ਫਿਰ ਘਰੇ ਜਾਵਾਂਗੇ ਲੋ ਬਈ ਧਰ ਦੋ ਇੱਥੇ ਬਸ ਇੱਕ ਹਾਂ
एक इथे धर दो हां कुंजे च किधरले कुंजे धर दो पुत तुसी रहन दो खड़ जो एक इथे धर दो हां हुन इन्हां च तेल पा दो पहला ला दे गुड इधर भी ला दे सारे ला दे लाग गया ला दो हाथ ना मचा दी मुत हूँ वो भी ला दे लो भी एक दो तीन चार लागे बस चलिए हूँ चलो जी आ जाओ जी लो भी दिवाली का माहौल पूरा करना साढ़े पिंड ताज फिरदा भज्जा हाँ वे सच्चे मनप्रीत मच के वधिया हो गया हां ओ रे आ चला क्लिप देखी होनी है ना भी असि चोट करते करते ने हथ पैर मचा लिया मुंडे ने मनप्रीत दे वाल मच गए सी ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ 'ਤੇ ਅਵੇਅਰ ਕਰਨਾ ਚਾਹੁੰਦਾ ਵੀ ਬਾਈ ਬਣੇ ਇਹੋ ਜਿਹੀ ਚੌੜ ਨਾ ਹੀ ਕਰਿਆ ਕਰੋ ਸਾਨੂੰ ਤਾਂ ਅਸੀਂ ਰਾਤ ਚੌੜ ਦੇ ਵਿੱਚ ਇਹ ਕੰਮ ਕਫਾਰ ਬੈਠੇ ਕਿਉਂਕਿ ਹੱਥ ਪੈਰ ਮੱਚ ਗਏ ਤਾਂ ਤੁਸੀਂ ਅਵੇਅਰ ਹੋ ਕੇ ਚਲਾਇਆ ਕਰੋ ਪੜਾਕੇ ਇਹਨਾਂ ਨਾਲ ਕੋਈ ਚੌੜ ਨਹੀਂ ਹੁੰਦੀ ਕੀ ਪਤਾ ਕਿਹੋ ਜਿਹੀਆਂ ਬਣੀਆਂ ਹੁੰਦੀਆਂ ਕਿੱਧਰ ਨੂੰ ਭੱਜ ਜਾਣ ਇਹ ਹੈ ਨਾ ਐਵੇਂ ਕਿਸੇ ਦੇ ਅੱਖ ਮੂੰਹ 'ਚ ਵੱਜਣ ਨਾਲ ਜਵਾਬ ਹੁੰਦੇ ਨੇ ਤਾਂ ਮੈਂ ਵੀ ਕਲਿੱਪ ਇਹ ਤਾਂ ਹੀ ਐਡ ਕਰ ਰਿਹਾ ਵਿੱਚ ਵੀ ਬਾਈ ਬਣੇ ਧਿਆਨ ਨਾਲ ਚਲਾਇਆ ਕਰੋ ਪੜਾਕੇ ਇਹਨਾਂ ਨਾਲ ਕੋਈ ਚੌੜ ਨਾ ਹੀ ਇਹਨਾਂ ਨਾਲ ਚੌੜ ਕਰਿਓ देखी जाता डैडी ना ना एक चांस हो डैडी बन देखी जाऊ डैडी अज चल पिया चलो तू ऊपर जाके चलन गे चलन गे ना तू ही निकलू मैं लगता कला ਕਿ ਬੜਾ ਸੋਹਣਾ ਲੱਗ ਰਿਹਾ ਹੈਗਾ ਉੱਥੇ